ਤੁਹਾਡੇ ਸਾਹਮਣੇ ਸੀਸੀਟੀਵੀ ਤਸਵੀਰਾਂ ਨੇ ਮੋਗਾ ਦੀ ਮਿਸਤਰੀਆਂ ਵਾਲੀ ਗਲੀ ਦੀਆਂ, ਜਿੱਥੇ ਵੀਡੀਓ ਦੇਖ ਕੇ ਤੁਹਾਡੀ ਵੀ ਹੈਰਾਨੀ ਦੀ ਹੱਦ ਨਹੀਂ ਰਹੇਗੀ। ਜਿੱਥੇ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਮੋਟਰਸਾਈਕਲ 'ਤੇ ਸਵਾਰ ਇਹਨਾਂ ਤਿੰਨ ਨੌਜਵਾਨਾਂ ਨੂੰ, ਜਿਨ੍ਹਾਂ ਦੇ ਮੂੰਹ ਬੰਨੇ ਹੋਏ ਨੇ ਅਤੇ ਇਰਾਦਿਆਂ 'ਚ ਖੋਟ ਹੈ। ਜਿੱਥੇ ਤੁਸੀਂ ਦੇਖੋ ਜਦੋਂ ਗਲੀ 'ਚ ਆ ਰਹੀ ਇਹ ਮਹਿਲਾ ਆਪਣੇ ਘਰ ਦੇ ਅੰਦਰ ਦਾਖਲ ਹੋਣ ਲੱਗੀ ਤਾਂ ਮੋਟਰਸਾਈਕਲ 'ਤੇ ਸਵਾਰ ਤਿੰਨ ਉਟੇਰਿਆਂ 'ਚੋਂ ਇੱਕ ਹੇਠਾਂ ਉਤਰਿਆ ਅਤੇ ਠੀਕ ਮਹਿਲਾ ਦੇ ਘਰ ਦੇ ਬਾਹਰ ਉਸਨੇ ਝਪੱਟਾ ਮਾਰ ਕੇ ਮਹਿਲਾ ਦਾ ਪਰਸ ਖੋਲ੍ਹਿਆ ਅਤੇ ਕਿਵੇਂ ਮੌਕੇ ਤੋਂ ਦੌੜ ਕੇ ਮੋਟਰਸਾਈਕਲ 'ਤੇ ਚੜ੍ਹ ਕੇ ਫਰਾਰ ਹੋ ਗਿਆ ਤੁਸੀਂ ਵੀ ਦੇਖੋ। ਇਸ ਤੋਂ ਬਾਅਦ ਮਹਿਲਾ ਵਿਚਾਲੀ ਰੌਲਾ ਪਾਉਂਦੀ ਰਹੀ, ਪਿੱਛੇ ਭੱਜਦੀ ਰਹੀ, ਪਰ ਉਸਦੀ ਇੱਕ ਨਾ ਚੱਲੀ। ਗਲੀ ਚ ਗਿਆ, ਇਧਰ ਉਤਰਿਆ ਤੇ ਪਿੱਛੇ ਘਰ ਅੱਗੇ ਬੈਲ ਮਾਰੀ ਹੈ, ਪਰਸ ਫੁੱਕ ਲੈ ਗਿਆ ਮੁੰਡਾ, ਉਹ ਪੈਦਲ ਸੀ, ਪਰਸ ਫੁੱਕ ਲੈ ਮੂਹ ਵਿੱਚ ਆਇਆ ਸਿੱਧਾ ਪੰਨੇ ਨਾਲ, ਅਤੇ ਪਰਸ ਹੋਇਆ ਦੋ ਮੁੰਡੇ ਅੱਗੇ ਸੀ ਅਤੇ ਫਟਾਫਟ ਪਰਸ ਖੋ ਕੇ ਉਹਨਾਂ ਨਾਲ ਪੈ ਗਿਆ ਅਤੇ ਲਾਲ ਸਿੰਘ ਰੋਡ ਵੱਲ ਚਲੇ ਗਏ। ਮੋਟਰਸਾਈਕਲ ਸੀ, ਕਿੰਨੇ ਪੈਸੇ ਸੀ ਪਰਸ 'ਚ? ਪਰਸ ਹੀ ਸੀ 45-50 ਹਜ਼ਾਰ ਰੁਪਇਆ ਸੀ। ਕਿੰਨੀ ਕੁ ਉਮਰ ਹੈਗੀ ਲੱਗਦੀ ਉਹਨੂੰ ਮੁੰਡਿਆਂ ਦੀ? ਬਸ ਇਹ ਹੋਣੀ ਹੈ 20-21 ਸਾਲ ਸਿੱਧੀ ਉਹਨਾਂ ਦੀ, ਲਾਲ ਸਿੰਘ ਰੋਡ ਵੱਲ ਚਲੇ ਗਏ। ਕਿੰਨੀ ਦੂਰ ਤੱਕ ਭੱਜੀ ਵੀ ਹਾਂ ਮੈਂ ਅਤੇ ਉਹ ਭੱਜੀ ਗਿਆ। ਕੈਮਰੇ 'ਚ ਵੀ ਫੋਟੋਆਂ ਉਹਨਾਂ ਦੀ ਆ ਗਈਆਂ, ਤੁਹਾਨੂੰ ਕੋਈ ਪਹਿਚਾਣ ਆਇਆ ਕੋਈ? ਉੱਥੇ ਇਸ ਘਟਨਾ ਦੇ ਬਾਅਦ ਪੁਲਿਸ ਨੇ ਵੀ ਮੌਕੇ 'ਤੇ ਪਹੁੰਚ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਹੁਣ ਇਹ ਨਜ਼ਾਰਾ ਦੇਖ ਕੇ ਸਾਨੂੰ ਸਭ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਜਿੱਥੇ ਅੱਜ ਕੱਲ੍ਹ ਗਰਮੀ ਕਰਕੇ ਜ਼ਿਆਦਾਤਰ ਨੌਜਵਾਨ ਮੋਟਰਸਾਈਕਲਾਂ 'ਤੇ ਮੂੰਹ ਬੰਨ ਕੇ ਹੀ ਜਾਂਦੇ ਨੇ, ਅਜਿਹੇ 'ਚ ਕੋਈ ਨਹੀਂ ਦੱਸ ਸਕਦਾ ਕਿ ਕੌਣ ਲੁਟੇਰਾ ਹੈ ਅਤੇ ਕੌਣ ਨਹੀਂ। ਮੋਗਾ ਤੋਂ ਜੋਗਿੰਦਰ ਸਿੰਘ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਹੌਸਲਾ ਔਰ ਜਨੂਨ ਕੁਛ ਨਹੀਂ ਹੈ ਅਗਰ ਨਾ ਹੋ ਕਾਬਲੀਅਤ, ਇਸੀ ਕਾਬਲੀਅਤ ਕੋ ਜਾਂਚ ਪਰ ਰੱਖ ਕਰ ਦੇਸ਼ ਕੇ 160 ਪਲੇਅਰਸ ਜੁੜ ਗਏ ਹੈ IPKL ਕੇ ਸਾਥ ਆਪਣੇ ਜੌਹਰ ਦਿਖਾਣੇ। ਜਬ ਸ਼ੁਰੂਆਤ ਇਤਨੀ ਮਜ਼ਬੂਤ ਹੋਗੀ ਤੋ ਅੰਜਾਮ ਤੋ ਯਾਦਗਾਰ ਹੋਗਾ, ਇਸ ਲਈ ਅਬ ਯੇ ਖੇਲ ਬਦਲੇਗਾ। 13 ਮਈ ਸੇ ਦੇਖੀਏ ਇੰਡੋ ਇੰਟਰਨੈਸ਼ਨਲ ਪ੍ਰੀਮੀਅਰ ਕਬੱਡੀ ਲੀਗ। ਕੈਨੇਡਾ SDS ਪ੍ਰਣਾਲੀ ਦੇ ਅੰਦਰ 1 ਸਾਲ ਦੀ ਫੀਸ, 1 ਸਾਲ ਦੀ GIC ਅਤੇ IELTS ਵਿੱਚ 6 ਈਚ ਬੈਂਡ ਹੁਣ ਲਾਜ਼ਮੀ ਕਰ ਦਿੱਤੇ ਗਏ ਹਨ। ਸੋ ਜੇ ਤੁਸੀਂ ਸਪਟੈਂਬਰ SDS ਸਕੀਮ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ ਅੱਜ ਹੀ ਕੰਟੈਕਟ ਕਰੋ 92563।